ਐਡੀਜ਼ ਮੱਛਰ ਦੇ ਕੱਟਣ ਨਾਲ ਹੋਣ ਵਾਲੀ ਖਤਰਨਾਕ ਬਿਮਾਰੀ ਜ਼ਿਕਾ ਨਾਲ ਲੜਨ ਦੀ ਤਿਆਰੀ ਕਰ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਵਾਇਰਸ ਲਈ ਟੀਕਿਆਂ ਅਤੇ ਇਲਾਜ ਦੇ ਵਿਕਾਸ ਦਾ ਸੱਦਾ ਦਿੱਤਾ। ਇਸ ਵਾਇਰਸ ਕਰਕੇ ਬਹੁਤ ਘੱਟ ਦਿਮਾਗ ਅਤੇ ਛੋਟੇ ਸਿਰ ਵਾਲੇ ਬੱਚੇ ਪੈਦਾ ਹੋ ਰਹੇ ਹਨ। ਓਬਾਮਾ ਵੱਲੋਂ ਇਹ ਸੱਦਾ ਅਜਿਹੇ ਸਮੇਂ ਤੇ ਦਿੱਤਾ ਗਿਆ ਜਦੋਂ ਜ਼ਿਕਾ ਵਾਇਰਸ ਨਾਰਥ ਅਤੇ ਸਾਊਥ ਅਮਰੀਕਾ ਕੰਟੀਨੈਂਟਸ ਦੇ ਲਗਭਗ 21 ਦੇਸ਼ਾਂ ਵਿਚ ਫੈਲ ਚੁੱਕਿਆ ਅਤੇ ਹੁਣ ਇਸ ਵਾਇਰਸ ਨੇ USA ਚ ਵੀ ਦਸਤਕ ਦੇ ਦਿੱਤੀ ਹੈ। ਬ੍ਰਾਜ਼ੀਲ ਨੇ ਵੀ ਆਪਣੇ ਗੁਆਂਢੀ ਦੇਸ਼ਾਂ ਨੂੰ ਜ਼ਿਕਾ ਵਾਇਰਸ ਨਾਲ ਲੜਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਬ੍ਰਾਜ਼ੀਲ ਦੀਆਂ ਏਅਰਲਾਈਨ ਕੰਪਨੀਆਂ ਨੇ ਯਾਤਰਾ ਕਰਨ ਤੋਂ ਡਰ ਰਹੀਆਂ ਪ੍ਰੈਗਨੈਂਟ ਔਰਤਾਂ ਨੂੰ ਕਿਰਾਇਆ ਵਾਪਸ ਕਰਨ ਤੱਕ ਦੀ ਪੇਸ਼ਕਸ਼ ਕੀਤੀ ਹੈ। ਇਸ ਵਾਇਰਸ ਨੇ ਅਮਰੀਕਾ ਅਤੇ ਯੂਰਪ ਤੋਂ ਜਾਣ ਵਾਲੇ ਯਾਤਰੀਆਂ ਨੂੰ ਵੀ ਆਪਣੀ ਲਪੇਟ ਵਿਚ ਲਿਆ। ਅਮਰੀਕਾ ਦੇ ਅਰਕਾਨਸਾਸ ਅਤੇ ਵਰਜੀਨੀਆ ਸੂਬੇ ਚ ਇਸ ਬਿਮਾਰੀ ਦਾ ਇਕ ਇਕ ਮਾਮਲਾ ਸਾਹਮਣੇ ਆਇਆ। ਕੈਲੀਫੋਰਨੀਆ ਚ ਵੀ ਇਕ ਕੁੜੀ ਅੰਦਰ ਇਸ ਮਾਮਲੇ ਦੀ ਪੁਸ਼ਟੀ ਹੋਈ ਸੀ ਪਰ ਹੁਣ ਉਹ ਠੀਕ ਦੱਸੀ ਜਾ ਰਹੀ ਹੈ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੋਸ਼ ਅਰਨੈਸਟ ਨੇ ਕਿਹਾ ਰਾਸ਼ਟਰਪਤੀ ਬਰਾਕ ਓਬਾਮਾ ਖੁਦ ਇਸ ਗੱਲ ਬਾਰੇ ਚਿੰਤਤ ਹਨ, ਇਸ ਕਰਕੇ ਉਨ੍ਹਾਂ ਕੱਲ ਵਾਈਟ ਹਾਊਸ ਚ ਇਸ ਬਾਰੇ ਚਰਚਾ ਲਈ ਇਕ ਬੈਠਕ ਸੱਦੀ ਸੀ। ਏਡਜ਼ ਮੱਛਰ ਤੋਂ ਪੈਦਾ ਹੋਣ ਵਾਲੀ ਇਸ ਬਿਮਾਰੀ ਤੋਂ ਬ੍ਰਾਜ਼ੀਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ। ਕਿਹਾ ਜਾ ਰਿਹਾ ਕਿ ਇਸ ਵਾਇਰਸ ਕਰਕੇ ਵੱਡੀ ਗਿਣਤੀ ਚ ਅਵਿਕਸਿਤ ਦਿਮਾਗ ਜਾਂ ਬਹੁਤ ਛੋਟੇ ਸਿਰ ਵਾਲੇ ਬੱਚੇ ਪੈਦਾ ਹੋ ਰਹੇ ਹਨ। ਅਮਰੀਕਾ ਨੇ ਪ੍ਰੈਗਨੈਂਟ ਔਰਤਾਂ ਨੂੰ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਹ ਸਥਿਤੀ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਚਿੰਤਤ ਕਰ ਰਹੀ ਹੈ ਕਿਉਂਕਿ ਬ੍ਰਾਜ਼ੀਲ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਿਹਾ ਹੈ ਜਿੱਥੇ ਅਗਸਤ ਦੌਰਾਨ ਪੂਰੀ ਦੁਨੀਆਂ ਦੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋਣਾ। ਜ਼ਿਕਾ ਵਾਇਰਸ ਲੈਟਿਨ ਅਮਰੀਕਾ ਦੇ ਲਗਭਗ 21 ਦੇਸ਼ਾਂ ਵਿਚ ਫੈਲ ਚੁੱਕਿਆ ਹੈ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕੈਨੇਡਾ ਅਤੇ ਚਿਲੀ ਨੂੰ ਛੱਡ ਕੇ ਹਰੇਕ ਅਮਰੀਕੀ ਦੇਸ਼ ਵਿਚ ਇਸ ਦੇ ਫੈਲਣ ਦਾ ਸ਼ੱਕ ਹੈ। ਬ੍ਰਾਜ਼ੀਲੀ ਰਾਸ਼ਟਰਪਤੀ ਡਿਲਮਾ ਰੋਸੇਫ ਨੇ ਕੱਲ ਕਿਹਾ ਸੀ ਕਿ ਉਨ੍ਹਾਂ ਨੇ ਲੈਟਿਨ ਅਮਰੀਕਾ ਅਤੇ ਕਰੇਬੀਆਈ ਦੇਸ਼ਾਂ ਦੇ 33 ਮੈਂਬਰਾਂ ਨੂੰ ਜ਼ਿਕਾ ਵਾਇਰਸ ਵਿਰੁੱਧ ਕਾਰਵਾਈ ਸ਼ੁਰੂ ਕਰਨ ਲਈ ਇਕ ਸਿਖਰ ਬੈਠਕ ਸੱਦਣ ਲਈ ਕਿਹਾ। ਬ੍ਰਾਜ਼ੀਲ ਹੈਲਥ ਡਿਪਾਰਟਮੈਂਟ ਅਨੁਸਾਰ ਬ੍ਰਾਜ਼ੀਲ ਚ ਇਸ ਵਾਇਰਸ ਦੇ ਕਹਿਰ ਮਚਾਉਣ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 3,718 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 68 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕੋਲੰਬੀਆ, ਇਕਵਾਡੋਰ ਅਤੇ ਜਮਾਇਕਾ ਨੇ ਔਰਤਾਂ ਨੂੰ ਕਿਹਾ ਕਿ ਉਹ ਇਸ ਵੇਲੇ ਪ੍ਰੈਗਨੈਂਟ ਨਾ ਹੋਣ। ਜ਼ਿਕਾ ਬਾਰੇ ਹੋਰ ਸਮਝਣ ਲਈ ਤੁਹਾਨੂੰ ਦੱਸ ਦਈਏ ਕਿ ਜ਼ਿਕਾ ਇਕ ਬਿਮਾਰੀ ਹੈ ਜੋ ਜ਼ਿਕਾ ਨਾਮਕ ਵਾਇਰਸ ਨਾਲ ਫੈਲਦੀ ਹੈ। ਇਹ ਵਾਇਰਸ ਪ੍ਰਮੁੱਖ ਤੌਰ ਤੇ ਮੱਛਰ ਦੀ ਏਡੀਜ਼ ਜਾਤੀ ਦੇ ਕੱਟਣ ਨਾਲ ਫੈਲਦਾ ਹੈ। ਜ਼ਿਕਾ ਦੇ ਆਮ ਲੱਛਣਾਂ ਵਿਚ ਬੁਖਾਰ, ਰੈਸ਼ਿਜ਼, ਸਿਰਦਰਦ ਅਤੇ ਲਾਲ ਅੱਖਾਂ ਸ਼ਾਮਲ ਹਨ। ਇਹ ਵਾਇਰਸ ਸਭ ਤੋਂ ਜ਼ਿਆਦਾ ਪ੍ਰੈਗਨੈਂਟ ਔਰਤਾਂ ਲਈ ਖਤਰਨਾਕ ਹੈ ਕਿਉਂਕਿ ਇਸ ਕਰਕੇ ਉਨ੍ਹਾਂ ਅੰਦਰ ਪਲ ਰਹੇ ਬੱਚੇ ਦੇ ਦਿਮਾਗ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਨਤੀਜੇ ਵਜੋਂ ਬਹੁਤ ਛੋਟੇ ਸਿਰ ਵਾਲੇ ਬੱਚੇ ਪੈਦਾ ਹੁੰਦੇ ਹਨ। ਇਸ ਵਾਇਰਸ ਕਾਰਨ ਨਵੇਂ ਜੰਮੇ ਬੱਚਿਆਂ ਦੇ ਦਿਮਾਗ ਮਰ ਸਕਦੇ ਹਨ ਅਤੇ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਵੇਲੇ ਜ਼ਿਕਾ ਦਾ ਕੋਈ ਇਲਾਜ ਨਹੀਂ ਹੈ ਅਤੇ ਮੱਛਰਾਂ ਤੋਂ ਬਚਣ ਤੋਂ ਇਲਾਵਾ ਇਸ ਨੂੰ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ। ਜ਼ਿਕਾ ਦਾ ਸਭ ਤੋਂ ਪਹਿਲਾ ਮਾਮਲਾ ਅਫਰੀਕਾ ਚ ਸਾਹਮਣੇ ਆਇਆ।